हाँ जी, सत श्री अकाल सारयां नूं, की हाल है? कायम आ जी। काफ़ी दिनों बाद तो फार्म ते आए सीगे, क्योंकि कुरुक्षेत्र के मेले ते गए सीगे। सुन, सारे भरावां नूं पता ही है, हुण DFA दा मेला सीगा, बहुत वधिया मेला लग्गिया सीगा। ते हुण आ सन्नी दी सारी तैयारी है, हुण कक्क कुक पाई जांदे आ। ते नागनी है, नागनी हुण तकरीबन सून वाली आ, थोड़े दिन बाकी आ, हजे हजे लै जूए 10-15 दिन लगभग, हुण दुध लाउणा स्टार्ट करूगी। तो सानू दिखावांगे बाद दे विच, हजे तक कच्ची आ काफ़ी। तो इहदे मगरले सूए दी आ, इह छोटी, इहदे वी अद्धे क बाल जे पए आ, हुण लगांगे, हुण सारियां दे क्लीयर करांगे। ये नागनी दे सिकंदर दी है, आटर उटर भी बड़ा चंगा इहदा भी। 19 दिसंबर का जन्म है इहदा, 30 दिसंबर का, 19 का उहदा नीली रवि दा, इहदा 30 दिसंबर का जन्म सी। इहदी वीडियो पाई भी है थले आपां, नागनी सूंदी दी, शायद बच्चा दिंदी दी। तो 1-2 महिसां दी होर भी पाई भी है, वह भी देख सकते थले जाके, दसंबर के महीने दी वीडियो। ਤਾਂ ਵੀ ਊਂ ਵੀ ਹਰ ਤਰ੍ਹਾਂ ਦੀ ਮਤਲਬ ਵੀਡੀਓ ਪਈ ਹੈ, ਕਈ ਮੈਚਾਂ ਦੀ ਪਈ ਹੈ ਜਿਹੜੀ ਡਿਲੀਵਰੀ ਟਾਈਮ ਦੀ ਵੀਡੀਓ। ਅਤੇ ਛੱਬੋ ਆ ਗਈ, ਚੱਲ ਵੀ ਇਹਦਾ ਪੋਪਲਾ ਜਿਹਾ ਲੈ ਗਿਆ ਸੀਗਾ, ਹੁਣ ਤਾਂ ਪੋਪਲਾ ਜਿਹਾ ਰੱਖਿਆ ਹੋਇਆ ਸੀਗਾ, ਸਾਂਭ ਕੇ ਤੇਲ ਤੂਲ ਲਾ ਕੇ ਅਤੇ ਡੱਬੇ 'ਚ ਪਾ ਕੇ ਵੀ ਚੱਲ ਕਿਤੇ ਚੜਵਾ ਲਾਂਗੇ, ਫਿਰ ਐਂ ਜੇ ਹੁੰਦਾ ਵੀ ਇਹਨੇ ਲਾ ਹੀ ਦੇਣਾ ਦੁਬਾਰੇ ਕਿਤੇ। ਫਿਰ ਹੋਰ ਉੱਥੇ ਰਸੋਏ ਬਦਲਣ ਵਾਲੇ, ਅੱਜ ਇਹੀ ਕੰਮ ਕਰਦੇ ਹਾਂ। ਕੱਲ੍ਹ ਪਿੰਡ ਪਹੁੰਚੇ ਸੀਗੇ, 2-3 ਕੰਮ ਸੀਗੇ ਉਹ ਕਰਨ ਜਾ ਵੜੇ, ਤਾਂ ਇਹਦੀ ਕਟਿੰਗ ਜਾਂਦਾ ਹੋਇਆ ਕਰ ਗਿਆ ਸੀਗਾ ਮੈਂ, ਥੋੜ੍ਹੇ ਥੋੜ੍ਹੇ ਵਾਲਾਂ ਦਾ ਕਰਕੇ ਥੱਲੇ ਚਿੱਟਾ ਰੰਗ ਜ਼ਿਆਦਾ ਰਹਿੰਦਾ, ਹਜੇ ਹਜੇ 1 ਮਹੀਨਾ ਲੱਗ ਜੂ ਇਹਨਾਂ ਨੂੰ ਬਲੈਕ ਹੋਣ ਦੇ ਵਿੱਚ ਮੇਰੇ ਹਿਸਾਬ ਨਾਲ। ਚੱਲ ਇਹਨੇ ਵੀ ਕੱਟੀ ਨੇ ਬਹੁਤ ਕੱਦ ਕੀਤਾ, ਇਹ ਬਿਰਕ 570 ਦੀ ਹੈ, ਇਹ ਦਾਰੇ ਦੀ ਹੈ, ਇਹਨੇ ਵੀ ਕੱਦ ਬਹੁਤ ਕੀਤਾ, ਬਹੁਤ ਚੰਗੀ ਕੱਟੀ ਬਣੂ, ਬਹੁਤ ਸੋਹਣੀ ਸਰੀਰ ਸਰੂਰ, ਬਹੁਤ ਚੰਗਾ ਹੈਟ ਹੂਟ ਦੇਖ ਸਕਦੇ ਹਾਂ, ਬਹੁਤ ਜ਼ਿਆਦਾ ਆ ਕੱਦ ਕੁੱਦ ਪੂਰੇ ਹੀ ਆ ਇਹਦਾ, ਇਹਦਾ ਵੀ ਕੱਦ ਬਹੁਤ ਜ਼ਿਆਦਾ ਆ, ਇਹ ਹੋਰ ਵੀ ਉਦੋਂ ਵੀ ਸੋਹਣੀ ਬਣਦੀ ਜਾਂਦੀ ਹੈ ਜਦੋਂ ਦੇਖ ਕੇ ਜਾਂਦੇ ਨਾ ਆਪਾਂ ਹੁਣ 5-7 ਦਿਨਾਂ 'ਚ, ਕਿਉਂਕਿ ਇਹੀ ਫਰਕ ਹੁੰਦਾ ਜਦੋਂ ਪਸ਼ੂ ਅੰਦਰ ਬਾਹਰ ਹੋਣ ਲੱਗ ਜੇ, ਤੋਰਾ ਫੇਰਾ ਹੋਣ ਲੱਗ ਜਾਂਦਾ, ਪਸ਼ੂ ਵੀ ਖੁਸ਼ ਹੋਣ ਲੱਗ ਜਾਂਦਾ, ਖਾਂਦਾ ਪੀਂਦਾ ਵੱਧਦਾ, ਕੁਦਰਤ ਕੰਨੀਆਂ ਭਾਉਂਦੀ ਤੋ ਥੋੜ੍ਹੀ ਆ ਤੋਰਾ ਫੁਰਾ, ਜਿਵੇਂ ਡਿੱਗੀ 'ਤੇ ਪਾਣੀ ਪੀ ਲਿਆ ਉੱਧਰਲੀ ਖੁੱਲ੍ਹਣੀ ਤਾਂ ਉੱਧਰ ਕਿਤੇ ਅੰਦਰ ਜਾ ਵੜੇ, ਤਾਂ ਬਸ ਇਹਦੇ ਨਾਲ ਹੀ ਮਤਲਬ ਫਰਕ ਪੈ ਜਾਂਦਾ, ਇਹਨੇ ਹੋਰ ਵੀ ਕੱਦ ਕਰ ਲਿਆ ਫੁਰਾ, ਅਤੇ ਸਰੀਰ ਵੀ ਅੱਗੇ ਨੂੰ ਚੰਗਾ ਬਣ ਗਿਆ ਇਹਦਾ, ਆਹਦੇ ਕਲਰ ਸਾਰਾ ਇਹਦਾ ਬਲੈਕ ਹੋਣ ਲੱਗ ਗਿਆ, ਜਿਹੜੇ ਅੰਦਰ ਭੂਰੇ ਜਿਹੇ ਦਿਖਾ ਹੀ ਦਿੰਦੇ ਹੁੰਦੇ ਸੀ ਵਾਲ। ਅਸੀਂ ਸੰਨੀ ਕੀਤੀ ਵੀ ਆ, ਹੁਣ ਹਿਸਾਬ ਦੀ ਤੂੜੀ ਪਾ ਕੇ ਬੇੜਾ 5-4 ਮਿੰਟਾਂ ਦੇ ਵਿੱਚ ਹੀ ਵੀ ਮਤਲਬ ਸੰਨੀ ਖਾ ਲੈਣਾ ਇਹ। ਉਹ ਬੈਦ ਦੇ ਹਿਸਾਬ ਦੇ ਨਾਲ ਐਂ ਨਹੀਂ ਵੀ ਸਾਰਿਆਂ ਨੂੰ ਲਿਮਿਟ ਮੁਕਾਬਤੀ ਹੈ ਵੀ ਆਪਾਂ ਥੋੜ੍ਹੀ ਥੋੜ੍ਹੀ ਰੁਕ ਰੁਕ, ਕਈ ਪਸ਼ੂ ਥੋੜ੍ਹੀ ਜਿਹੀ ਵੱਧ ਖਾ ਲੈਂਦੇ ਆ ਸੰਨੀ, ਉਹਨੂੰ ਥੋੜ੍ਹੀ ਜਿਹੀ ਹੋਰ ਵੱਧ ਪੈ ਜਾਂਦੀ ਹੈ। ਇਹਦੇ ਨੇ ਚਾਹੇ ਨਾ ਬਾਲ ਬੂਲ ਕੱਟਣ ਨਾਲ ਇੱਕ ਤਾਂ ਪਸ਼ੂ ਹੀ ਸਾਫ਼ ਰਹਿਣ ਲੱਗ ਜਾਂਦਾ, ਇਹਦੇ ਚਮਕ ਵਧਣ ਲੱਗ ਜਾਂਦੀ ਇਹਨਾਂ ਦੀ ਬੋਡੀ ਦੇ ਉੱਤੇ, ਕਿਉਂਕਿ ਵਾਲ ਐਂ ਮਿੱਟੀ ਮਿੱਟੀ ਜਮ ਕੇ ਮਾੜਾ ਮੋਟਾ ਰੰਗ ਬਦਲ ਜਾਂਦਾ ਵਾਲਾਂ ਦਾ, ਕਿਤੇ ਲਾਲ ਜਿਹੇ ਹੋ ਜਾਂਦੇ, ਕਿਤੇ ਕੁਛ ਜੰਮ ਜੇ ਜਾਂਦਾ ਹੈ ਨਾ, ਰੇਤਾ ਰੂਤਾ ਪੱਕਾ, ਬਸ ਐਂ ਫਰਕ ਜਿਹਾ ਪੈ ਜਾਂਦਾ। ਅਤੇ ਪਸ਼ੂ ਜਦੋਂ ਵਾਲ ਬੂਲ ਕੱਟੇ ਜਾਂਦੇ ਇਹਨਾਂ ਦੇ, ਤਾਂ ਪ੍ਰੋਪਰ ਇਹਦਾ ਇਹਨਾਂ ਦਾ ਮਤਲਬ ਬੋਡੀ ਦਿਸਣ ਲੱਗ ਜਾਂਦੀ ਹੈ, ਨਾਲੇ ਆਪਾਂ ਨੂੰ ਨਾਲੇ ਧੁੱਪ ਧੁੱਪ ਲੱਗਣ ਲੱਗ ਜਾਂਦੀ, ਇਹਦੇ ਨਾਲ ਸਰੀਰ ਹੋਰ ਵੀ ਬਿਹਤਰ ਬਣ ਜਾਂਦਾ, ਚਮਕਾਉਣ ਲੱਗ ਜਾਂਦੀ ਹੈ। ਤਾਂ ਪਸ਼ੂ ਦੇ 1 ਦਿਨ ਤੇਲ ਲਾ ਕੇ 5-10 ਦਿਨ ਪਸ਼ੂ ਐਂ ਪੂਰਾ ਵਧੀਆ ਰਹਿੰਦਾ, ਤਾਂ ਜਦੋਂ ਵਾਲ ਜ਼ਿਆਦਾ ਹੁੰਦੇ ਆ ਉਦੋਂ ਤੇਲ ਵੀ ਨਹੀਂ ਲੱਗਦਾ ਚੰਗੀ ਤਰ੍ਹਾਂ।
ये भी झट्टी हूँ बहुत सोहनी बनी जाती है। अरे इहदी भी बॉडी देखो हुण सारियां मतलब माड़ा मोटा जिहड़ा हो हुंदा ना कोई सारियां जदों ऐ बाल बूल क्लीयर करते ना पूरियां वधिया बन जाणगियां। कोई ना कोई ना जाबड़ू जाबड़ू राजू ये साना का काम ही हुंदा है। ए माड़ा मोटा तो खिंच नहीं हुंदा इन्होंने जो आप इन्हों खोलनी तो बनते हैं देखो इन्हें मूँह दे सकते हैं है ना बहुत ज्यादा सोहना पूरा वधिया लगता मैं बहुत सोहना लगता है सर सुर है ना जो ये कहीं देखते हैं तकते हैं तो मतलब रूह खुश हो जाती है ये कहीं देख के। ये आ गई अपनी बिल्लू कुरुक्षेत्र की चैंपियन आपकी ब्रीड के फर्स्ट रही नीली रावी जो आप भी रिंग देखते हैं ना भी चलो माण जहा महसूस हों हाँ भी यार बहुत सोहनी आ बड़ी सना तो साफ है ना भी आर्डर ऑर्डर क्वालिटी बहुत सोहना जिमें छोटी सी भी अगले दूजे सूए तक तो तुम देखो है ना भी होर भी इन्हें मच्योर हो जाना तो बॉडी ढांचा बहुत ज्यादा सोहना सी सारा मतलब क्लीयर है ना मगरलियां जो लत्त वो भारियाँ मतलब पट पुट है ना भारा जिमें लीली रावी के हों चीज़ा ये गुण बड़े तो माण महसूस हों चलो इदा की ब्रीडिंग जो करते हैं तो हौसला मिलता बंदे भी यार अपने को वधिया चीज़ तैयार की वो तो उदू वधिया चीज़ तैयार कर लाँगे बस कली है अपनी मेहनत ही है ना ये तो कर्म वाली बस जो आप मान लो इन्हों की जे सेवा करते हैं देख रेख वधिया ढंग ना करते तो ये तो बहुत कुछ दिंदी है ना बंदे बंदे का नाम भी दिंदी है बंदे आमदन भी दिंदी है ना प्रोपर सारा कुछ ही दिंदी है कहन का भाव आप बेचारियाँ तो जे आप चंगी तरह तो पशु नूं प्रोपर ढंग दे नाल है ना ये भी झोटियां बहुत ज़्यादा सोहनियाँ फिर ना किला आया बटाले से मैत्री ने दो चार बार आख्या कहता मैं आऊँगा आऊँगा बस ए चक्कर च आ बार बूर रेंदे सी फिर कॉल कर जाते जिमें हूँ आप कॉल करी जाने अगला मिस्त्री भी आने की कॉल करी किला किले जहाँ बिल्ड कराने वाला फिर ये ना वो संगल च इधरों रस्सा पा दी तो इस तरह हूँ खड़ती बड़ी टोर न पर ए हों दूजिया का जो संगल सैट हो रस्से रुस्से च ना कुछ पै ना जाए ए हों दूजी भी मत्था मरी जाओ 10 मिनट जिन कटते नहीं तो साना वगू फिर डावर रस्सा पाया वा ये भी आ पाइपा का करके भी कम लेता जा सकता भी प्रॉब्लम नहीं आती भी कोई ना कोई हल होता इन्हें भी बहुत सोहना भी गाहू झोटियाँ इन्होंने कमाल करने इन्होंने सारिया झोटियां ने दुध चवाई दे जे वधिया ढंग है ना सूंदियाँ कृपा रही परमात्मा की तो फिर है ना कई बार हम जो जे कुछ आप उम्मीद बस ये ला सकते होंने भी आप गाहू बहुत चंगा करनी है क्योंकि चंकी उम्मीद तो बंदा आसते ही जाऊँगा है ना भी चंगा करा चंगा करा तो कई बार कोई गड़बड़ हो जाए वो गल वक्री है जिमें हूँ इन्हें देखो किन्ना किन्ना चंगा दुध दें देखो अखां अखों चो हजे भी ये मैं कई बार नोट किया हजे भी उदास रही है आ सारा सूगा क्योंकि जो पशु उदास है कुछ है नहीं ना कोई टैंपरेचर वाधा ना कोई घटता ना कोई का खाने की प्रॉब्लम है ठीक है भी उन्ना का आप खाई लेना जिन्ना का आप पाने प्रोपर पशुओं शरीर भी वधिया पर अंदरों खुश नहीं हुई है ना बच्चा मरन करके तो नाल दी नाल क्योंकि पहली बौली चुंघन वाला इनू बच्चे नहीं मिले तो बस उतने ज्यों ज्यों बौली यदि निकली गई तो चड्डा खत्म करी गई तो जी मज ने मतलब 26 लीटर 300 ग्राम तक दुध रिकॉर्ड करवाया तो 5-6 किलो दुध आती है ना तो बहुत वह हों चल हूँ आने वाले समय के मूहरले साल तो ये तो भी आस ला सकते हैं भी जबरदस्त करूगी है ना चल कई बार एक अद्धा सूआ पशु हो जाता है ना कोई बस की गल नहीं होंगी ऑटोमैटिक ही तो हम 2-4 दिन हूँ फिर बस एक दो कम निबेड़ के 2-4 दिन सारे लाना मशीन मशून तो काफ़ी वे मैं झुट्टी मारी सी जिमें पारस भी होया वै बिलो भी हुई भी है पारस हो मूँह देखो इनू भी बनो ये भी अच भी करी जाता पूरी मुड़ के तिलक तुलकना जाए मैट पर यार तेज पारस नरनाट वाली मुनती हूँ ना बच्चे कटरू का जो दूजे छोटे तो मुन देनी स्कैनी जी वाली पाड़ी लगन लग जाए मैं ना वो दिल्ली वाली कट्टी जी छोटी वो मैं
ਕੱਟਤੀ ਕਿਉਂਕਿ ਧਰਨਾਲ ਟਾਈਲ ਦੇ ਪਹਿਲਾਂ ਵੀ ਆ ਸੱਟ ਜੀ ਕਰਕੇ ਪਹਿਲਾਂ ਇੱਕ ਪਾਸੇ 'ਤੇ ਸੱਟ ਜੀ ਵੱਜ ਗਈ ਸੀ ਉਦੋਂ ਕੁਛ ਵਾਲ ਕੱਟੇ ਹੋਏ ਸੀਗੇ ਉਹਦਾ ਕਰਕੇ ਡੱਬ ਜਿਹਾ ਪੈ ਗਿਆ ਸੀ ਕੁਛ ਇੱਧਰੋਂ ਵਾਲ ਵੂਲ ਜਿਹੇ ਕੱਟਰੂ ਕੁਟਰੂ ਨੇ ਮਾੜੇ ਮੋਟੇ ਪੜਤੇ ਹੋਣਗੇ ਅਤੇ ਇਹਦੀ ਹਜੇ ਸਕਿਨ ਬਿਰਲੀ ਜੀ ਸੀਗੀ ਅਤੇ ਸਕਿਨ ਹੁਣ ਲੋਟ ਹੋਣ ਲੱਗ ਗਈ ਮਤਲਬ ਥੋੜ੍ਹੀ ਜਿਹੀ ਵੱਡੀ ਕਰਕੇ ਵਾਲ ਕੱਟੇ ਤਾਂ ਜਿਹੜੇ ਨਿੱਕੇ ਬੱਚੇ ਆਪਾਂ ਕੱਟ ਦਿੰਦੇ ਉਹਦੀ ਥੱਲੋਂ ਸਕਿਨ ਹੋਰੂ ਜਿਹੇ ਹੋ ਜਾਂਦੇ ਥੱਲੋਂ ਚਿੱਟੀ ਚਮੜੀ ਨਿਕਲ ਆਉਂਦੀ ਹੈ ਕਿਉਂਕਿ ਸਾਰੀ ਵਾਲ ਜ਼ਿਆਦਾ ਹੁੰਦੇ ਹੈ ਨਾ ਉਹਦਾ ਕਰਕੇ ਉਹਦੇ ਸਾਰੇ ਵਾਲ ਚਮੜੀ ਲੁਕੋ ਲਾਉਂਦੇ ਆ ਧੁੱਪ ਨਹੀਂ ਲੱਗਦੀ ਸਾਂ ਨਹੀਂ ਲੱਗਦੀ ਉਹ ਚਮੜੀ ਚਿੱਟੀ ਹੁੰਦੀ ਉਹਨੂੰ ਕਾਫੀ ਇੱਕ ਮਹੀਨਾ ਲੱਗ ਜਾਂਦਾ ਘੱਟੋ ਘੱਟ ਸੈੱਟ ਹੋਣ ਵਾਸਤੇ ਜਿਵੇਂ ਉਹ ਵੀ ਦੋਨੇ ਕੱਟੀਆਂ ਉਹ ਕੀਤੀਆਂ ਹੋਈਆਂ ਅਤੇ ਇਹ ਵੀ ਕੀਤੀ ਵੀ ਆ ਠੀਕ ਆ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਵਧੀਆ ਲੱਗੀ ਕਰ ਦਿਓ ਸ਼ੇਅਰ।